जिंदाबाद या प्लीज जिंदाबाद ਸੱਤ ਸਾਲ ਦੇ ਮਾਸੂਮ ਬੱਚੇ ਨੂੰ ਅਗਵਾ ਕੀਤਾ ਗਿਆ ਸੀ ਔਰ ਪੰਜਾਬ ਪੁਲਿਸ ਨੇ ਕੁਝ ਹੀ ਘੰਟਿਆਂ ਦੇ ਬਾਅਦ ਇਸ ਬੱਚੇ ਨੂੰ ਲੱਭ ਲਿਆ ਤੇ ਮਾਪਿਆਂ ਦੇ ਹਵਾਲੇ ਕੀਤਾ। ਮਾਪਿਆਂ ਦੇ ਵਿੱਚ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਹਨਾਂ ਨੇ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ। ਦੱਸ ਦਈਏ ਕਿ ਇੱਕ BSF ਦਾ ਡਿਸਮਿਸ ਕਾਂਸਟੇਬਲ ਜਿਸਨੇ ਆਪਣੇ ਸਾਥੀ ਦੇ ਨਾਲ ਮਿਲ ਕੇ ਸਵਿਫਟ ਕਾਰ ਦੇ ਵਿੱਚ ਇਸ ਬੱਚੇ ਨੂੰ ਅਗਵਾ ਕੀਤਾ ਸੀ। ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ। ਇਸ ਬੱਚੇ ਨੂੰ ਕਿਡਨੈਪ ਕਰਕੇ ਇਹ ਲੋਕ ਹਿਮਾਚਲ ਲੈ ਗਏ ਔਰ ਪੰਜਾਬ ਪੁਲਿਸ ਨੇ ਹਿਮਾਚਲ ਦੀ ਪੁਲਿਸ ਦੇ ਨਾਲ ਸਹਿਯੋਗ ਕੀਤਾ, ਰਾਬਤਾ ਕਾਇਮ ਕੀਤਾ, ਜਿਸ ਤੋਂ ਬਾਅਦ ਇਸ ਬੱਚੇ ਨੂੰ ਲੱਭ ਲਿਆ। ਹਾਈ ਪ੍ਰੋਫਾਈਲ ਪਰਿਵਾਰ ਦਾ ਇਹ ਬੱਚਾ ਸੀ ਜਿਸ ਨੂੰ ਅਗਵਾ ਕੀਤਾ ਔਰ 2 ਕਰੋੜ ਦੀ ਫਿਰੌਤੀ ਮੰਗੀ ਗਈ, ਜਿਸ ਤੋਂ ਬਾਅਦ ਪਰਿਵਾਰ ਵੀ ਡਰ ਗਿਆ ਪਰ ਉਹਨਾਂ ਨੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ। ਪੂਰੇ ਜ਼ਿਲ੍ਹੇ ਦੀ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲਿਆ ਗਿਆ ਔਰ ਕੁਝ ਹੀ ਘੰਟਿਆਂ ਦੇ ਬਾਅਦ ਪੰਜਾਬ 'ਚੋਂ ਅਗਵਾ ਹੋਇਆ ਬੱਚਾ ਹਿਮਾਚਲ ਦੇ ਵਿੱਚ ਲੱਭ ਗਿਆ ਔਰ ਪੁਲਿਸ ਨੇ ਇਹ ਬੱਚਾ ਮਾਪਿਆਂ ਦੇ ਹਵਾਲੇ ਕੀਤਾ। ਕਾਲ ਆਈ ਥੀ ਘਰ ਸੇ ਕਿ ਇੱਕਦਮ ਸੇ ਬੱਚੇ ਕੋਈ ਉਠਾ ਕੇ ਲੈ ਗਿਆ ਔਰ ਡੈਫੀਨੇਟਲੀ ਬੀਇੰਗ ਅ ਫਾਦਰ ਮੇਰਾ ਪੈਨਿਕ ਹੋਣਾ ਬਣਤਾ ਥਾ। ਮੈਂ ਇੱਕਦਮ ਸੇ ਘਬਰਾਇਆ, ਮੈਂ ਭਾਗਾ ਗਾੜੀ ਲੈ ਕੇ। ਜਬ ਮੈਂ ਘਰ ਕੇ ਪਾਸ ਪਹੁੰਚਾ ਤੋ ਬਹੁਤ ਜ਼ਿਆਦਾ ਰਸ਼ ਪੜ ਗਿਆ ਹੁਆ ਥਾ, ਐਵਰੀਬਡੀ ਵਾਜ਼ ਪੈਨਿਕ ਔਰ ਉਹਨੇ ਰੈਨਸਮ ਕੇ ਲੀਏ ਡਿਮਾਂਡ ਕੀ ਥੀ, ਇੱਕ ਲੈਟਰ ਫੈਂਕ ਕੇ ਗਏ ਥੇ 2 ਕਰੋੜ ਰੁਪਇਆ ਔਰ ਆਪਣੇ ਬੱਚਾ ਅਗਰ ਬੱਚਾ ਚਾਹੀਏ ਤੋ ਪੈਸੇ ਦੇ ਦਿਓ, ਅਗਰ ਪੈਸੇ ਰੱਖਣੇ ਤੋ ਬੱਚਾ ਨਹੀਂ ਮਿਲੇਗਾ। ਤੋ ਮੈਨੇ ਪੈਨਿਕ ਉਸ ਸਿਚੁਏਸ਼ਨ ਮੇਂ, ਕਿਉਂਕਿ ਬਹੁਤ ਵਾਰੀ ਹੋਤਾ ਹਮ ਲੋਕ ਪੈਨਿਕ ਕਰ ਜਾਤੇ, ਹਮ ਪੁਲਿਸ ਕੇ ਸਾਥ ਮੇਂ ਸ਼ੇਅਰ ਨਹੀਂ ਕਰਤੇ। ਲੇਕਿਨ ਮੈਂ ਉਸੀ ਸਮੇਂ ਥਾਨਾ ਡਿਵੀਜ਼ਨ 2 ਮੇਂ ਗਿਆ, ਵਹਾਂ ਪੇ SHO ਸ਼ੋਹਰਤ ਮਾਨ ਥੇ, ਵਨ ਆਫ ਦਾ ਬ੍ਰੇਵੈਸਟ ਪੁਲਿਸ ਆਫਿਸਰ ਔਰ ਮੇਰੇ ਸਾਥ ਬੜਾ ਅੱਛਾ ਪਿਆਰਾ ਛੋਟੇ ਭਾਈ ਜੈਸੇ, ਉਹਨੇ ਉਸੀ ਸਮੇਂ ਆਪਣੀ ਇੱਕਦਮ ਸੇ ਐਕਟੀਵਿਟੀ ਦਿਖਾਈ ਔਰ DSP ਮਨਹਾਸ ਸਾਹਿਬ ਆ ਗਏ, ਉਹਨੇ ਦੇਖਾ, ਉਹ ਮੁਝੇ SSP ਸਾਹਿਬ ਔਰ DIG ਸਾਹਿਬ ਕੇ ਪਾਸ ਲੈ ਕੇ ਗਏ। ਇਹਨੇ ਮੁਝੇ ਪੂਰਾ ਬਤਾਇਆ ਕਿ ਪੈਨਿਕ ਨਹੀਂ ਕਰਨਾ, ਕੌਨਫੀਡੈਂਸ ਰੱਖਣਾ ਹੈ, ਹਮ ਆਪਕੇ ਬੱਚੇ ਕੋ ਵਾਪਸ ਲੈ ਕੇ ਆਏਂਗੇ, ਹਮਾਰੀ ਜੋ ਸਟ੍ਰੈਟੇਜੀਜ਼ ਹੈ ਉਸਕੋ ਫੋਲੋ ਕਰਨਾ ਹੈ, ਬਿਲਕੁਲ ਕੂਲ ਰੱਖਣਾ ਹੈ, ਕਾਮ ਰੱਖਣਾ ਹੈ। ਬਹੁਤ ਟਫ ਹੋਤਾ ਬੀਂਗ ਅ ਪੇਰੈਂਟ, ਕੂਲ ਕਾਮ ਰਹਿਣਾ। ਲੇਕਿਨ ਮੈਂ ਯਹਾਂ ਪੇ ਇੱਕ ਚੀਜ਼ ਬੋਲਣਾ ਚਾਹੂੰਗਾ, ਹਮੇ ਸੇ ਕਿਸੀ ਨੇ ਵੀ, ਹਮ ਸਾਰੇ ਮੈਕਸੀਮ ਪੈਟ, ਮਤਲਬ ਹਮ ਲੋਕ ਜੋ ਹਮ ਪੇਰੈਂਟਸ ਹੈ ਨਾ, ਤੋ ਹਮ ਲੋਗੋ ਨੇ ਅਗਰ ਇੱਕ ਜੈਨੂਇਨ ਸੀ ਬਾਤ ਬੋਲੂੰ, ਹਮਨੇ ਭਗਵਾਨ ਕੋ ਰੀਅਲੀ ਫੇਸ ਟੂ ਫੇਸ ਤੋ ਨਹੀਂ ਦੇਖਾ ਹੋਤਾ, ਲੇਕਿਨ ਭਗਵਾਨ ਕੇ ਭੇਜੇ ਹੋਏ ਜੋ ਜ਼ਰੀਆ ਹੋਤੇ ਹੈ, ਜੋ DIG ਸਾਹਿਬ ਕੀ ਤਰ੍ਹਾਂ, SSP ਸਾਹਿਬ ਕੀ ਤਰ੍ਹਾਂ, ਜਿਤਨੀ ਵੀ ਪੂਰੀ ਪੁਲਿਸ ਟੀਮ ਹੈ ਅਲੱਗ ਅਲੱਗ, ਸਭ ਕੇ ਤੋ ਮੈਂ ਨਾਮ ਵੀ ਨਹੀਂ ਲੈ ਸਕਤਾ, ਉਸਕੇ ਇਲਾਵਾ ਮੇਰੇ ਸ਼ਹਿਰ ਕੇ ਲੋਕ ਸਭ ਨੇ ਇਤਨਾ ਕੋਆਪਰੇਟ ਕੀਆ, ਪਤਾ ਨਹੀਂ ਕਹਾਂ ਕਹਾਂ ਸੇ ਮੁਝੇ ਕਾਲ ਆ ਰਹੇ ਥੇ, ਕਿਤਨੇ ਹਜ਼ਾਰੋਂ ਫੋਨ ਆ ਗਏ ਔਰ ਸਭ ਕੀ ਬਲੈਸਿੰਗਸ ਥੀ, ਸਾਰੇ ਕਹਿ ਰਹੇ ਥੇ ਬਾਦਲ ਭਾਈ ਆਪਨੇ ਕਭੀ ਕਿਸੀ ਕੇ ਸਾਥ ਗਲਤ ਨਹੀਂ ਕੀਆ, ਆਪਕੇ ਸਾਥ ਭਗਵਾਨ ਗਲਤ ਨਹੀਂ ਹੋਣੇ ਦੇਂਗੇ, ਆਪਕਾ ਬੱਚਾ ਆਪਕੇ ਪਾਸ ਵਾਪਿਸ ਆ ਜਾਏਗਾ। ਔਰ ਮੇਰੇ ਪਾਸ ਮੇਂ ਅਲਫਾਜ਼ ਹੀ ਨਹੀਂ ਹੈ ਪੁਲਿਸ ਟੀਮ ਕੇ, ਵੋ ਤੋ ਬਾਤੋਂ ਮੇਂ ਹੋਤੀ ਹੈ ਕਿ ਯਾਰ ਪੁਲਿਸ ਐਸਾ ਕਰਤੀ ਹੈ ਵੈਸਾ ਕਰਤੀ ਹੈ, ਭਾਜੀ ਪੁਲਿਸ ਸੁਪਰ ਕੋਪ ਹੈ ਹਮਾਰੇ ਪੰਜਾਬ ਕੀ, ਵੀ ਸ਼ੁਡ ਬੀ ਪ੍ਰਾਊਡ ਆਫ ਦੈਮ ਔਰ ਅਗਰ ਕਭੀ ਵੀ ਭਗਵਾਨ ਨਾ ਕਰੇ ਆਪਕੋ ਸਿਚੁਏਸ਼ਨ ਕਭੀ ਵੀ ਟਫ ਲਗੇ ਤੋ ਪੁਲਿਸ ਪੇ ਟਰਸਟ ਕਰੋ, ਉਨ ਪੇ ਫੇਥ ਕਰੋ। ਥੈਂਕ ਯੂ ਸੋ ਮਚ। ਬਾਦਲ ਭਾਈ ਆਪ ਟੈਂਸ਼ਨ ਮਤ ਲੋ, ਹਮ ਆਪਕੇ ਬੱਚੇ ਕੋ ਲੈ ਕੇ ਆਏਂਗੇ,
ਔਰ ਵੋ ਬਿਲਕੁਲ ਠੀਕ ਹੈ। ਥੈਂਕ ਯੂ ਸੋ ਮਚ, ਥੈਂਕ ਯੂ। ਦੇਖੋ ਇਹ ਅੱਜ ਬੜਾ ਅਨਫੋਰਚੁਨੇਟ ਇੰਸੀਡੈਂਟ ਹੋਇਆ ਸੀਗਾ। ਤਕਰੀਬਨ 3:45 ਬੱਚੇ ਨੂੰ ਕਿਡਨੈਪ ਕੀਤਾ ਗਿਆ ਸੀ ਔਰ ਜਦੋਂ ਸਾਨੂੰ ਪਤਾ ਲੱਗਿਆ, ਅੱਜ ਮੈਂ ਵੀ ਪਠਾਨਕੋਟ 'ਚ ਹੀ ਸੀਗਾ, ਮੈਂ ਔਰ SSP ਸਾਹਿਬ ਇਕੱਠੀ ਕਿਸੇ ਜ਼ਰੂਰੀ ਮੀਟਿੰਗ 'ਤੇ ਸੀਗੇ। ਉਸ ਵੇਲੇ ਹੀ ਪੁਲਿਸ ਨੇ ਸਾਡੀ ਸਾਰੀ ਪਠਾਨਕੋਟ ਦੇ ਜਿੰਨੇ ਵੀ ਸਾਡੇ ਅਫਸਰ ਆ, ਸਾਡੇ SHO ਸਾਹਿਬਾਨ ਆ ਔਰ ਜਿੰਨੇ ਵੀ ਸਾਡੇ ਸਾਰੇ ਕਰਮਚਾਰੀ ਆ, ਸਾਰਿਆਂ ਨੇ ਉਸ ਵੇਲੇ ਕੰਮ ਸ਼ੁਰੂ ਕਰ ਦਿੱਤਾ ਗਿਆ। ਬੱਚੇ ਦੇ ਪੇਰੈਂਟਸ ਨੂੰ ਵੀ ਅਸੀਂ ਉਸ ਵੇਲੇ ਮਿਲੇ ਔਰ ਜੋ ਵੀ ਜ਼ਰੂਰੀ ਕਦਮ ਸੀ ਅਸੀਂ ਉਹ ਕਦਮ ਲਏ। ਸਭ ਤੋਂ ਪਹਿਲਾਂ ਇੱਦਾਂ ਦੇ ਇੰਸੀਡੈਂਟ 'ਚ ਇਹ ਹੁੰਦਾ ਕਿ ਬੱਚਾ ਸੁਰੱਖਿਅਤ ਘਰ ਵਾਪਸ ਆ ਜਾਏ ਔਰ ਸਾਰੀ ਮਿਹਨਤ ਸਾਡੀ ਪੰਜਾਬ ਪੁਲਿਸ ਨੇ, ਇਹਦੇ ਨਾਲ ਨਾਲ ਸਾਡੇ ਮਾਨਯੋਗ DGP ਸਾਹਿਬ ਜੋ ਚੰਡੀਗੜ੍ਹ ਤੋਂ, ਉਹਨਾਂ ਨਾਲ ਵੀ ਉਸ ਵੇਲੇ ਰਾਬਤਾ ਕੀਤਾ ਗਿਆ ਔਰ ਚੰਡੀਗੜ੍ਹ ਤੋਂ ਵੀ ਸਾਨੂੰ ਪੂਰਾ ਟੈਕਨੀਕਲੀ ਸਪੋਰਟ ਕੀਤਾ ਗਿਆ ਔਰ ਅਲਟੀਮੇਟਲੀ ਅਸੀਂ ਹਿਮਾਚਲ ਪੁਲਿਸ ਦਾ ਵੀ ਮੈਂ ਥੈਂਕਸ ਕਰੂੰਗਾ। ਹਿਮਾਚਲ ਪੁਲਿਸ ਨੇ ਵੀ ਬਹੁਤ ਇਹਦੇ ਵਿੱਚ ਆਪਣਾ ਵਧੀਆ ਰੋਲ ਅਦਾ ਕੀਤਾ ਔਰ ਸਾਨੂੰ ਪੂਰਾ ਸਪੋਰਟ ਕੀਤਾ, ਸਾਡੀ ਪੂਰੀ ਹੈਲਪ ਕੀਤੀ। ਹੁਣ ਵੀ ਅਸੀਂ ਜਦੋਂ ਬੱਚੇ ਨੂੰ ਬਰਾਮਦ ਕੀਤਾ ਉਸ ਵੇਲੇ ਵੀ ਹਿਮਾਚਲ ਪੁਲਿਸ ਅਫਸਰ ਸਾਡੇ ਨਾਲ ਸੀਗੇ ਔਰ ਅਲਟੀਮੇਟਲੀ ਅਸੀਂ ਬੱਚੇ ਨੂੰ ਰਿਕਵਰ ਕਰਨ 'ਚ ਕਾਮਯਾਬ ਹੋਏ ਹਾਂ ਔਰ ਸਾਰੀ ਤਫਤੀਸ਼ ਦੇ ਵਿੱਚ ਜਿਹੜਾ ਮੇਨ ਮੁਲਜ਼ਮ ਹੈ ਇਹਦੇ 'ਚ ਅਮਿਤ ਰਾਣਾ ਨਾਂ ਦਾ ਇੱਕ ਵਿਅਕਤੀ ਆ ਨੂਰਪੁਰ ਹਿਮਾਚਲ ਦਾ ਔਰ ਉਹਦਾ ਇੱਕ ਸਾਥੀ ਸੋਨੀ, ਇਹਨਾਂ ਦੋਨਾਂ ਨੇ ਇਹਦੇ 'ਚ ਕੀਤਾ ਸੀ ਔਰ ਫਰਦਰ ਅਸੀਂ ਇਨਵੈਸਟੀਗੇਟ ਕਰਾਂਗੇ ਕਿ ਹੋਰ ਕਿਹੜੇ ਕੌਣ ਬੰਦੇ ਇਹਦੇ ਵਿੱਚ ਇਨਵੋਲਵ ਹੈਗੇ ਆ। ਅਮਿਤ ਰਾਣਾ ਇੱਕ ਐਕਸ BSF ਕੋਂਸਟੇਬਲ ਆ, ਉੱਥੋਂ ਡਿਸਮਿਸ ਹੋਇਆ ਹੋਇਆ, ਉਹਦੇ ਖਿਲਾਫ਼ ਹੋਰ ਵੀ FIR ਕੇਸਿਸ ਰਜਿਸਟਰਡ ਹੈਗੀਆਂ ਹੈ ਔਰ ਜਿਹੜੀ ਕਾਰ ਦੇ ਵਿੱਚ ਬੱਚੇ ਨੂੰ ਕਿਡਨੈਪ ਕੀਤਾ ਗਿਆ ਸੀ ਉਹ ਵੀ ਰਿਕਵਰ ਹੋ ਚੁੱਕੀ ਆ ਔਰ ਬਾਕੀ ਹੁਣ ਅਸੀਂ ਅੱਗੇ ਤਫਤੀਸ਼ ਕਰਕੇ। ਕਦੋਂ ਤੋਂ ਸਰ ਇਹ ਰੈਕੀ ਕੀਤੀ ਜਾ ਰਹੀ ਹੈ? ਮੈਂ ਦੇਖੋ ਇਹ ਜੋ ਸਾਡੀ ਇਨਵੈਸਟੀਗੇਸ਼ਨ 'ਚ ਆਇਆ ਪਿਛਲੇ 3-4 ਦਿਨਾਂ ਤੋਂ ਇਸ ਚੀਜ਼ ਨੂੰ ਉਹ ਲੱਗੇ ਹੋਏ ਸਨ ਔਰ ਇਹਦੇ ਵਿੱਚ ਕਿਹੜੇ ਬੰਦੇ ਹੋਰ ਕਿੱਥੇ ਤੱਕ ਇਨਵੋਲਵ ਹੈਗੇ ਆ ਅਸੀਂ, ਮੈਂ ਹਾਲੇ ਹੋਰ ਜ਼ਿਆਦਾ ਨਹੀਂ ਮੈਂ ਤੁਹਾਨੂੰ ਦੱਸ ਸਕੂੰਗਾ ਪਰ ਵਿਦ ਟਾਈਮ ਜਦੋਂ ਅਸੀਂ ਉਹਨਾਂ ਨੂੰ ਅਰੈਸਟ ਵੀ ਕਰ ਲਾਂਗੇ ਫਿਰ ਅਸੀਂ ਸਾਰਾ। ਬੱਚਾ ਨੂਰਪੁਰ ਤੋਂ ਜੀ। ਕਾਰ 'ਤੇ ਆਇਆ ਜੀ, ਕਾਰ 'ਤੇ ਆ ਕੇ ਉਹਨਾਂ ਨੇ ਸਵਿਫਟ ਕਾਰ ਸੀਗੀ ਜਿਹਦੇ 'ਚ ਬੱਚੇ ਨੂੰ ਕਿਡਨੈਪ ਕੀਤਾ, ਕਾਰ ਵੀ ਰਿਕਵਰ ਹੋ ਚੁੱਕੀ ਹੈ। ਡਿਮਾਂਡ ਸਰ ਕੋਈ ਕੀਤੀ ਗਈ, ਕੋਈ ਨੋਟ ਮਿਲੀ? ਹਾਂ, ਡਿਮਾਂਡ ਜਦੋਂ ਬੱਚੇ ਨੂੰ ਕਿਡਨੈਪ ਕੀਤਾ ਉਸ ਵੇਲੇ ਉਹਨਾਂ ਨੇ ਇੱਕ ਚਿੱਠੀ ਸੁੱਟਤੀ ਸੀਗੀ ਔਰ ਉਹਦੇ ਵਿੱਚ 2 ਕਰੋੜ ਰੁਪਏ ਦਾ ਰੈਂਸਮ ਮਨੀ ਮੰਗਿਆ ਗਿਆ ਸੀਗਾ। ਸਰ ਰੈਂਡਮਲੀ ਬੱਚਾ ਚੁੱਕਿਆ ਗਿਆ ਜਾਂ ਗਲੀ ਦੇ ਵਿੱਚ ਰੱਖੀ ਗਈ? ਨਹੀਂ ਜੀ, ਨਹੀਂ ਨਹੀਂ ਨਹੀਂ, ਇਹ ਬਕਾਇਦਾ ਇਹੀ ਬੱਚਾ ਟਾਰਗੇਟ ਸੀਗਾ, ਇਹਨੂੰ ਹੀ ਲੈ ਕੇ। ਜਾਣ ਪਹਿਚਾਣ ਸੀਗੀ ਇਹਨਾਂ ਨਾਲ ਪਹਿਲੇ? ਮੈਂ ਹਾਲੇ ਹੋਰ ਤੁਹਾਨੂੰ ਇਸ ਵੇਲੇ ਨਹੀਂ ਦੱਸ ਸਕੂੰਗਾ, ਮੈਂ ਜਿਹੜੇ ਮੇਨ ਅਕਿਊਜ਼ਡ ਬੰਦੇ ਆ ਉਹਨਾਂ ਬਾਰੇ ਤੁਹਾਨੂੰ ਦੱਸਤਾ ਔਰ ਉਹ ਕਿੱਦਾਂ ਇੱਥੇ ਤੱਕ ਪਹੁੰਚੇ, ਬੱਚੇ ਦਾ ਕਿੱਦਾਂ ਹੋਇਆ, ਅਸੀਂ ਫਰਦਰ ਸਾਰੀ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਆ। ਪਹਿਲਾਂ ਬੈਕਗ੍ਰਾਉਂਡ ਹੈ ਉਹਨਾਂ ਦਾ? ਹਾਂ, ਅਮਿਤ ਰਾਣੇ ਦਾ ਹੈ ਜੀ, ਮੈਂ ਦੱਸਿਆ ਉਹ ਡਿਸਮਿਸ ਕਾਂਸਟੇਬਲ ਆ, ਉੱਥੋਂ ਵੀ ਇਹਨੂੰ ਡਿਸਮਿਸ ਕਰ ਚੁੱਕਾ। ਕੀ ਉਹ ਬੰਦੇ ਇਹਨਾਂ ਨੂੰ ਜਾਣਦੇ ਸੀਗੇ? ਮੈਂ ਉਹੀ ਤੁਹਾਨੂੰ ਦੱਸ ਰਿਹਾ ਜੀ ਕਿ ਇਹ ਹਲੇ ਕਿਉਂਕਿ ਹੁਣੇ ਅਸੀਂ ਪਹਿਲਾਂ ਬੱਚੇ ਨੂੰ ਲੈ ਕੇ ਆਏ ਆ, ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ। ਓਕੇ, ਥੈਂਕ ਯੂ, ਸ਼ੁਕਰੀਆ ਜੀ।